ਜੇਕਰ ਤੁਸੀਂ ਸਰਦੀਆਂ ਦੇ ਸਮੇਂ ਦੇ ਵਿੱਚ ਆਂਡੇ ਖਾਣ ਦੇ ਸ਼ੌਕੀਨ ਹੋ, ਹਰ ਰੋਜ਼ ਆਂਡੇ ਖਾ ਰਹੇ ਹੋ ਤਾਂ ਖਬਰ ਜ਼ਰੂਰ ਦੇਖ ਲੈਣਾ, ਕਿਉਂਕਿ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਅਸੀਂ ਆਂਡੇ ਖਾਂਦੇ ਹਾਂ ਤਾਂ ਕਿ ਸਾਨੂੰ ਸਰਦੀ ਨਾ ਲੱਗੇ, ਅਸੀਂ ਆਪਣੀ ਸਿਹਤ ਨੂੰ ਤੰਦਰੁਸਤ ਰੱਖੀਏ, ਪਰ ਕਿਸ ਤਰੀਕੇ ਦੇ ਨਾਲ ਨਕਲੀ ਆਂਡੇ ਵਿਕਣੇ ਸ਼ੁਰੂ ਹੋ ਗਏ ਨੇ। ਇਹ ਖਬਰ ਮਾਛੀਵਾੜਾ ਤੋਂ ਸਾਹਮਣੇ ਆਈ ਹੈ, ਜੋ ਜੱਗ ਜ਼ਾਹਿਰ ਕਰ ਰਹੀ ਹੈ ਕਿ ਨਕਲੀ ਆਂਡੇ ਤੁਹਾਡੀ ਸਿਹਤ ਦੇ ਨਾਲ ਕਿਸ ਤਰੀਕੇ ਦੇ ਨਾਲ ਖਿਲਵਾੜ ਕਰ ਸਕਦੇ ਨੇ। ਸੋ ਤੁਹਾਨੂੰ ਖਬਰ ਦਿਖਾਉਂਦੇ ਹਾਂ, ਨਾਲ ਦੀ ਨਾਲ ਜਾਣਕਾਰੀ ਦਿੰਦੇ ਹਾਂ। ਸੋ ਮਾਛੀਵਾੜਾ ਇਲਾਕੇ ਦੇ ਵਿੱਚ ਮਿਲਾਵਟੀ ਸ਼ਹਿਦ ਬਣਾਉਣ ਦੀਆਂ ਖਬਰਾਂ ਤਾਂ ਸੁਣੀਆਂ ਹੀ ਸੀ, ਪਰ ਹੁਣ ਨਕਲੀ ਆਂਡੇ ਵਿਕਣੇ ਸ਼ੁਰੂ ਹੋ ਗਏ ਨੇ, ਜੋ ਕਿ ਇੱਕ ਵਿਅਕਤੀ ਨੇ ਖੁਲਾਸਾ ਕੀਤਾ ਹੈ, ਜੋ ਆਪਣੇ ਘਰੇ ਆਂਡਿਆਂ ਦੀ ਟ੍ਰੇ ਲੈ ਕੇ ਜਾਂਦਾ ਹੈ, ਪਰ ਕਿਸ ਤਰੀਕੇ ਦੇ ਨਾਲ ਧੋਖਾਧੜੀ ਦਾ ਇਸ ਵਿਅਕਤੀ ਨੇ ਪਰਦਾਫਾਸ਼ ਕੀਤਾ ਹੈ। ਪੂਰੇ ਮਾਮਲੇ ਦੇ ਵੱਲ ਨਜ਼ਰ ਕਰਦੇ ਹਾਂ ਤੇ ਦਿਖਾਉਂਦੇ ਹਾਂ ਤੁਹਾਨੂੰ ਪੂਰੀ ਜਾਣਕਾਰੀ। ਮੇਰਾ ਨਾਮ ਬਾਬਾ ਵਰਮਾ, ਸ਼ਹਿਰ ਮਾਛੀਵਾੜਾ। ਮੈਂ ਕੱਲ੍ਹ ਇੱਕ ਆਂਡਿਆਂ ਐਗਸ ਦੀ ਟ੍ਰੇ ਲੈ ਕੇ ਆਇਆ ਆਪਣੇ ਘਰ ਖਾਣ ਦੇ ਲਈ। ਜਦੋਂ ਮੈਂ ਆਂਡਾ ਤੋੜ ਕੇ ਦੇਖਿਆ ਤਾਂ ਟੁੱਟੇ ਨਾ, ਅਤੇ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਵੀ ਆਂਡਾ ਓਰਿਜਿਨਲ ਆ ਕਿ ਡੁਪਲੀਕੇਟ ਆ, ਇਹ ਨਹੀਂ ਪਤਾ ਲੱਗ ਰਿਹਾ। ਤੁਸੀਂ ਇੱਕ ਮੈਂ ਦੇਖੋ, ਕਦੇ ਵੀ ਜਦੋਂ ਆਪਾਂ ਆਂਡਾ ਤੋੜਦੇ ਹਾਂ ਤਾਂ ਇਹ ਸਾਰਾ ਟੁੱਟ ਜਾਂਦਾ। ਇਹ ਆਹ ਦੇਖੋ ਜੀ, ਇਹਦੇ ਵਿੱਚ ਜਦੋਂ ਤੋੜਿਆ ਆ ਪਾਣੀ ਨਿਕਲ ਰਿਹਾ, ਇਹਦੀ ਥਿਕਨੈਸ ਹੀ ਨਹੀਂ ਆ ਰਹੀ, ਔਰ ਇਹਦੀ ਕੋਈ ਵੀ ਸਮੈਲ ਹੈ ਨਹੀਂ ਆਂਡੇ ਦੀ, ਬਿਲਕੁਲ ਪਾਣੀ ਆ। ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਓਰਿਜਿਨਲ ਆ ਕਿ ਡੁਪਲੀਕੇਟ ਆ। ਔਰ ਤੁਸੀਂ ਇੱਕ ਇਹਦੇ ਵਿੱਚ ਆਂਡਾ ਮੈਨੂੰ ਓਰਿਜਿਨਲ ਲੱਗਿਆ, ਤੁਸੀਂ ਦੇਖ ਸਕਦੇ ਉਹਦੀ ਗੁਲਾਈ, ਅਤੇ ਆਹ ਦੇਖੋ ਜੀ ਇਹਦੀ ਗੁਲਾਈ ਇੱਦਾਂ ਲੱਗ ਰਿਹਾ ਇਹਦੇ ਪੇਂਟ ਕੀਤਾ ਹੋਇਆ, ਦੇਖੋ ਪੇਂਟ ਦੇ ਧੱਬੇ। ਮੈਨੂੰ ਨਹੀਂ ਇਹ ਪਤਾ ਵੀ ਇਹ ਓਰਿਜਿਨਲ ਆ ਜਾਂ ਡੁਪਲੀਕੇਟ। ਮੈਂ ਇਹ ਸਿਹਤ ਵਿਭਾਗ ਨੂੰ ਬੇਨਤੀ ਕਰਦਾ ਕਿ ਕਿਰਪਾ ਕਰਕੇ ਇਹ ਚੀਜ਼ ਦੀ ਜਾਂਚ ਕੀਤੀ ਜਾਵੇ, ਤਾਂ ਜੋ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਜਾਂ ਹੁਣ ਲੋਕ ਜਿਹੜੇ ਆਂਡਾ ਐਗ ਲੈ ਕੇ ਜਾਂਦੇ ਆ, ਉਹਨਾਂ ਦੀ ਸਿਹਤ ਨਾਲ ਖਿਲਵਾੜ ਨਾ ਹੋਏ। ਮੈਂ ਬੇਨਤੀ ਕਰਦਾ ਕਿ ਇੱਦਾਂ ਦੀ ਜਿਹੜੀ ਮਾਰਕੀਟ ਦੇ ਵਿੱਚ ਨਕਲੀ ਆਂਡੇ ਆ ਰਹੇ ਆ, ਉਹ ਕਿਰਪਾ ਕਰਕੇ ਬੰਦ ਕੀਤੇ ਜਾਣ। ਇਹ ਤੁਸੀਂ ਜਦੋਂ ਖੋਲ੍ਹ ਕੇ ਦੇਖਿਆ ਉਹਦੇ ਵਿੱਚ ਕੋਈ ਥਿਕਨੈਸ ਜਾਂ ਆਂਡੇ ਕੋਈ ਆਇਆ? ਮੈਂ ਜਦੋਂ ਉਬਾਲਿਆ ਆਂਡੇ ਨੂੰ ਤਾਂ ਇਹ ਟੁੱਟ ਨਹੀਂ ਸੀ ਰਿਹਾ, ਇੱਦਾਂ ਲੱਗ ਰਿਹਾ ਸੀ ਜਿਵੇਂ ਨਾ ਕੋਈ ਪਲਾਸਟਿਕ ਦੀ ਰਬੜ ਉੱਤਰ ਰਹੀ ਹੁੰਦੀ ਆ। ਅਤੇ ਮੈਂ ਫਿਰ ਇਹਨੂੰ ਤੋੜ ਕੇ ਦੇਖਿਆ, ਕਦੇ ਵੀ ਆਂਡਾ ਤੁਸੀਂ ਤੋੜੋਗੇ ਉਹ ਜੇ ਥੋੜ੍ਹੇ ਜਿਹੇ ਵੀ ਉੱਤੇ ਖਰੋਚ ਆ ਜਾਵੇ ਤਾਂ ਆਂਡਾ ਪੂਰਾ ਟੁੱਟ ਜਾਂਦਾ। ਆਹ ਤੁਸੀਂ ਦੇਖ ਸਕਦੇ ਹੋ ਜੀ, ਆਂਡਾ ਟੁੱਟ ਵੀ ਗਿਆ ਔਰ ਇਹਦੇ ਵਿੱਚੋਂ ਨਿਕਲਿਆ ਵੀ ਕੁਛ ਨਹੀਂ, ਜੰਮਿਆ ਤੁਸੀਂ ਦੇਖੋ ਜੰਮਿਆ ਹੋਇਆ, ਆਹ ਦੇਖੋ ਪਾਣੀ ਨਿਕਲ ਰਿਹਾ ਜੀ, ਕਿਉਂਕਿ ਆਂਡੇ ਦੀ ਖੁਸ਼ਬੂ ਜਦੋਂ ਆਂਡਾ ਟੁੱਟਦਾ ਉਹਦੀ ਵੈਸੀ ਇਹਦੀ ਸਮੈਲ ਪਤਾ ਲੱਗ ਜਾਂਦੀ ਵੀ ਆਂਡਾ ਵਾ, ਇਹਦੀ ਸਮੈਲ ਹੀ ਹੈ ਨਹੀਂ ਜੀ। ਇਹ ਹੁਣ ਜਿਹੜੀ ਡੁਪਲੀਕੇਟ ਲੱਗਿਆ ਤੁਹਾਨੂੰ ਆਂਡਾ ਕਿ ਕੋਈ ਬਣਾਇਆ ਲੱਗਦਾ? ਦੇਖੋ ਜੀ ਜਿਵੇਂ ਮਸ਼ੀਨੀ ਆਂਡਾ ਬਣਾਇਆ ਹੁੰਦਾ ਵਾ, ਜਿਹਨੂੰ ਕਹਿੰਦੇ ਆ ਵੀ ਅਸੀਂ ਦੇਖਦੇ ਹਾਂ ਯੂਟਿਊਬ 'ਤੇ ਜਾਂ ਫੇਸਬੁੱਕ 'ਤੇ ਕਿ ਚਾਈਨਾ ਦੇ ਵੀ ਆਂਡੇ ਆ ਰਹੇ ਆ, ਮੈਨੂੰ ਸ਼ਾਇਦ ਡਾਊਟ ਆ ਕਿ ਉਹ ਲੱਗਿਆ, ਕਿਉਂਕਿ ਮੈਂ ਵਾਪਸ ਹੀ ਕਰਨ ਚੱਲਿਆ ਸੀਗਾ ਅਤੇ ਮੈਨੂੰ ਭਾਈ ਸਾਹਿਬ ਨੇ ਰੋਕ ਲਿਆ ਵੀ ਆਪਾਂ ਇੱਕ ਵਾਰ ਚੈੱਕ ਕਰ ਲਈਏ। ਤੁਸੀਂ ਕੀ ਲੋਕ ਸਿਹਤ ਵਿਭਾਗ ਦੇ ਲੋਕਾਂ ਨੂੰ ਕੀ ਅਪੀਲ ਕਰਨਾ? ਮੈਂ ਤਾਂ ਲੋਕਾਂ ਨੂੰ ਵੀ ਇਹ ਅਪੀਲ ਕਰਨਾ ਚਾਹੁੰਦਾ ਵੀ ਦੇਖ ਕੇ ਪੂਰੀ ਜਾਂਚ ਕਰਕੇ ਆਂਡੇ ਲੈ ਕੇ ਜਾਓ, ਕਿਉਂਕਿ ਬੱਚਿਆਂ ਨੇ ਆਂਡੇ ਖਾਣੇ ਹੁੰਦੇ ਆ ਅਤੇ ਉਹਨਾਂ ਦੀ ਸਿਹਤ ਖਰਾਬ ਨਾ ਹੋਵੇ। ਅਤੇ ਮੈਂ ਸਿਹਤ ਵਿਭਾਗ ਨੂੰ ਮੈਂ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਕਿਰਪਾ ਕਰਕੇ ਆਂਡੇ ਦੀ ਜਾਂਚ ਕੀਤੀ ਜਾਵੇ। ਤੁਸੀਂ ਦੇਖ ਸਕਦੇ ਹੋ ਜੀ ਇਹਦੀ ਬਿਲਕੁਲ ਵੀ ਜਿਹੜੀ ਆਂਡੇ ਦੀ ਸਮੈਲ ਹੁੰਦੀ ਆ ਉਹ ਹੈ ਨਹੀਂ ਆ। ਦੇਖੋ ਅਸੀਂ ਇਹ ਵੀ ਤੋੜ ਕੇ ਦੇਖਿਆ, ਕਿਉਂਕਿ ਜੇ ਤੁਸੀਂ ਆਂਡੇ ਨੂੰ ਤੋੜ ਕੇ ਰੱਖੋ ਤਾਂ ਉਹਦੀ ਇੱਥੇ ਤੱਕ ਨਹੀਂ ਪੂਰੇ ਔਫਿਸ ਦੇ ਵਿੱਚ ਸਮੈਲ ਫੈਲ ਜੂਗੀ। ਮੈਂ ਸੁੰਘ ਰਿਹਾ ਕੋਈ ਬਿਲਕੁਲ ਵੀ 1% ਸਮੈਲ ਹੈ ਨਹੀਂ ਆਂਡੇ ਦੀ। ਤੁਸੀਂ ਦੇਖ ਸਕਦੇ ਹੋ ਮਾਰਕੀਟ ਦੇ ਵਿੱਚ ਇੰਨਾ ਇੰਨੀ ਤੁਸੀਂ ਅੱਗ ਵੀ ਲਾ ਕੇ ਦੇਖਿਆ ਵਾ ਇਹਨੂੰ? ਅੱਗ ਲਾ ਕੇ ਦੇਖਿਆ ਕੀ ਹੈ? ਅੱਗ ਲਾ ਕੇ ਦੇਖਿਆ ਇੱਦਾਂ ਲੱਗ ਰਿਹਾ ਜਿੱਦਾਂ ਤੁਸੀਂ ਪਲਾਸਟਿਕ ਨੂੰ ਕਿਸੇ ਚੀਜ਼ ਨੂੰ ਜਾਂ ਮੋਮ ਟਾਈਪ ਨੂੰ ਤੁਸੀਂ ਅੱਗ ਲਾਉਂਦੇ ਨਾ ਉਹਦੀ ਸਮੈਲ ਲੈ ਕੇ ਦੇਖਦੇ ਹੋ, ਉਹ ਚੀਜ਼ ਲੱਗ ਰਹੀ ਹੈ। ਪਲਾਸਟਿਕ ਜਾਂ ਮੋਮ ਆ ਦੋਨਾਂ ਨੂੰ ਮਿਕਸ ਕਰਕੇ ਚੀਜ਼ ਤਿਆਰ ਕੀਤੀ ਹੋਈ ਹੈ, ਬਿਲਕੁਲ ਇਹ ਆਂਡਾ ਓਰਿਜਿਨਲ ਨਹੀਂ ਹੈਗਾ ਜੀ।